ਜਿਵੇਂ ਕਿ ਅਸੀਂ ਨਿਤ ਦੇਖਦੇ ਹਾਂ ਅੱਜ ਦਾ ਨੌਜਵਾਨ ਨਸ਼ਿਆਂ ਵਿੱਚ ਡੁੱਬ ਰਿਹਾ ਹੈ ਤੇ ਆਪਣੀ ਜਵਾਨੀ ਨੂੰ ਤਬਾਹ ਕਰੀ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਭਾਰਤ ਦੇ ਬਾਕੀ 12 ਸੂਬਿਆਂ ਵਾਂਗ ਪੰਜਾਬ ਵਿੱਚ ਵੀ ਖਸਖਸ ਦੀ ਖੇਤੀ ਕਰਨ ਅਤੇ ਅਫੀਮ ਪੋਸਟ ਦੇ ਸਰਕਾਰੀ ਠੇਕਿਆਂ ਨੂੰ ਮਾਨਤਾ ਦਿਵਾਉਣ ਲਈ ਜਥੇਦਾਰ ਬਲਕਾਰ ਸਿੰਘ ਢਿੱਲੋਂ ਵੱਲੋਂ ਸਮਾਜ ਬਚਾਓ ਮਿਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਇਸ ਦੇ ਨਾਲ ਹੀ ਛੋਟੇ ਕਿਸਾਨ ਜਿਨ੍ਹਾਂ ਕੋਲ ਵਾਹੀ ਵਾਸਤੇ ਯੋਗ ਸਹੂਲਤਾਂ ਦੀ ਘਾਟ ਹੈ ਉਨ੍ਹਾਂ ਨੂੰ ਵੀ ਜਥੇਦਾਰ ਬਲਕਾਰ ਸਿੰਘ ਢਿੱਲੋਂ ਵੱਲੋਂ ਵਾਹੀ ਕਰਨ ਵਾਸਤੇ ਬਗੈਰ ਕਿਸੇ ਭਾੜੇ ਦੇ ਸੰਦ ਉਪਲਬਧ ਕਰਵਾਏ ਜਾਂਦੇ ਹਨ ਤਾਂ ਕਿ ਛੋਟੇ ਕਿਸਾਨ ਵੀ ਉਨਤੀ ਕਰ ਸਕਣ। ਅੱਜ ਸਾਡੀ ਟੀਮ ਨਾਲ ਜਥੇਦਾਰ ਬਲਕਾਰ ਸਿੰਘ ਢਿੱਲੋਂ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਪੇਸ਼ ਹੈ ਇਸ ਦੀ ਖਾਸ ਰਿਪੋਰਟ।
ਬਾਬਾ ਜੀ, ਅੱਜ ਕੋਈ ਵੀ ਇਨਸਾਨ ਆ ਜਿਹੜਾ ਉਹ ਆਪਦਾ ਇੰਨਾ ਮਤਲਬੀ ਹੋ ਚੁੱਕਿਆ ਵੀ ਉਹ ਕਿਸੇ ਨੂੰ ਆਪਦੇ ਪਿੰਡੇ ਦੀ ਜੂਨ ਜਿਵੇਂ ਕਹਿ ਦਈਏ ਪੰਜਾਬੀ ਚ, ਉਹ ਵੀ ਦੇਣ ਨੂੰ ਤਿਆਰ ਨਹੀਂ ਹੁੰਦਾ। ਔਰ ਇਹੋ ਜਿਹੇ ਮਹਿੰਗਾਈ ਦੇ ਮੌਕੇ ਦੇ ਉੱਤੇ ਤੁਸੀਂ ਸਾਰੇ ਸੰਦ ਆ ਜਿਹੜੇ ਆਪਦੇ ਘਰੇ ਰੱਖੇ ਆ ਉਹਨਾਂ ਨੂੰ ਸੰਭਾਲਦੇ ਹੋ, ਉਹਨਾਂ ਨੂੰ ਲੋਕਾਂ ਨੂੰ ਚੁਕਾਉਂਦੇ ਹੋ, ਉਹ ਯਾਦ ਰੱਖਦੇ ਹੋ ਵੀ ਕਿਹੜਾ ਬੰਦਾ ਕਿਹੜਾ ਸੰਦ ਲੈ ਕੇ ਗਿਆ, ਕਿਉਂ ਇਹ ਤੁਹਾਡੇ ਮਨ ਦੇ ਚ ਗੱਲ ਆਈ ਤੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਇਹ ਮਨ ਚ ਸਾਡੇ ਤਾਂ ਹੀ ਆ ਜੀ, ਮਾੜੇ ਜ਼ਿਮੀਂਦਾਰ ਦੇ ਸੰਦ ਪੈਲੀ ਆ ਤੇ ਦਿੰਦਾ ਕੋਈ ਨੀਗਾ, ਤੇ ਜੇ ਦਿੰਦਾ ਵੀ ਆ ਤੇ ਉਹਨੇ ਆਖਣਾ ਪਹਿਲਾਂ ਮੇਰੇ ਪੱਠੇ ਕਤਰਾ ਕੇ ਜਾ, ਜਾਂ ਮੇਰੇ ਨਾਲ ਵੱਟ ਪਵਾ ਕੇ ਜਾ, ਜਾਂ ਮੇਰੇ ਨਾਲ ਕੰਮ ਕਰਾ ਕੇ ਜਾ, ਜਾਂ ਫਿਰ ਉਹਨੂੰ ਤੂੰ ਕੋਈ ਸਹਾਨ ਕਰਨਾ ਵਾ। ਇਸ ਕਰਕੇ ਉਹਦਾ ਇੱਕ ਤੇ ਇਹਨਾਂ ਨੇ ਕੰਮ ਲੇਟ ਹੋ ਜਾਂਦਾ ਹੈਗਾ ਸੰਦ ਦੇ ਬਗੈਰ, ਤੇ ਦੂਜੇ ਨੰਬਰ ਦਿੰਦਾ ਹੈ ਹੀ ਨੀ ਲੋਕਾਂ ਤੋਂ, ਬਹੁਤਿਆਂ ਤੋਂ ਤੇ ਦੇਣੇ ਕਿ ਨਹੀਂ ਹੈਗੇ। ਇਸ ਕਰਕੇ ਮਨ ਚ ਇਹੋ ਹੈ ਵੀ ਚਲੋ ਜਿਹੜੇ ਗਰੀਬ ਕਿਸਾਨ ਨੂੰ ਨਹੀਂ ਸੰਦ ਆਪਣੇ ਵਰਤਨ ਹੋਇਆ ਕੋਲ, ਉਹਨੂੰ ਹੀ ਆਪਣੇ ਕੋਲ ਸੰਦ ਅਸੀਂ ਫ੍ਰੀ ਦਿੰਦੇ। ਬਾਬਾ, ਕਿਹੜੇ ਕਿਹੜੇ ਸੰਦ ਤੁਸੀਂ ਇੱਥੇ ਮੁਹੱਈਆ ਕਰਾਉਂਦੇ ਆ ਲੋਕਾਂ ਨੂੰ? ਸੰਦ ਹੀ ਸਾਡੇ ਕੋਲ ਰੀਪਰ ਆ ਜੀ, ਤੇ ਪੁੱਥੇ ਵੱਢਣ ਵਾਲੇ, ਤੇ ਤਵੀਆਂ ਸੈੱਟ ਵਾ, ਤੇ ਰੋਟਾਵੇਟਰ ਵੀ ਆ, ਹੋਰ ਆਲੂ ਵਾਲੀ ਮਸ਼ੀਨ ਵੀ ਹੈਗੀ ਇੱਕ, ਤੇ ਲਾਂ ਜਿੱਦਾਂ ਇਹੋ ਸੰਦ ਜਿਹੜੇ ਸੁਹਾਗਾ ਸੁਹਾਗਾ ਜੋ ਵੀ ਵਰਤਨ ਯੋਗ ਸੰਦ ਜਿਹੜੇ ਕਿਸਾਨਾਂ ਨੂੰ ਸਾਰੇ ਹੀ ਦਿੰਦੇ ਆ, ਪਰ ਦਿੰਦੇ ਫ੍ਰੀ ਆ ਵੀ ਚਲੋ ਜਿਹਨੂੰ ਨਹੀਂ ਸੰਦ ਮਿਲਦਾ ਉਹ ਆਪਣਾ ਖੇਤੀਬਾੜੀ ਕਰ ਸਕੇ, ਤੇ ਕਿਸੇ ਦੇ ਕਿਸੇ ਫਸਲ ਨਾ ਕੱਢ ਕੱਢਣੇ ਪੈਣ, ਇਹਨਾਂ ਮਗਰ ਤੁਰਨਾ ਫਿਰ ਜਾਂ ਕੇ ਬੱਤਰ ਸੁੱਕ ਜੇ। ਇਸ ਕਰਕੇ ਲੋਕਾਂ ਨਾਲ ਇਹ ਸੰਦ ਜਿਹੜੇ ਆ ਇਹ ਦਿੰਦੇ ਆ, ਬਹੁਤ ਅਸੀਂ ਤਾਂ ਦਿੰਦੇ ਵੀ ਕਿਸੇ ਨੂੰ ਸੰਦ ਮਿਲਦਾ ਨਹੀਂ ਕਿਸੇ ਦੇ ਕੋਲ, ਤਾਂ ਕਰਕੇ ਅਸੀਂ ਦੇ ਦਿੰਦੇ। ਟਰਾਲੀਆਂ ਤੱਕ ਵੀ ਦੇ ਦਿੰਦੇ ਕੋਈ ਗੱਲ ਨੀ, ਜਿੱਥੋਂ ਨਹੀਂ ਟਰਾਲੀ ਮਿਲਦੀ ਉਹਨੂੰ ਕੋਈ ਟਰਾਲੀਆਂ ਲੈ ਜਾਓ ਕੋਈ ਗੱਲ ਨੀ। ਬਾਬਾ ਜੀ, ਇਹ ਤਾਂ ਹੋ ਗਈ ਸੰਦਾਂ ਦੀ ਗੱਲ, ਉਹਦੇ ਨਾਲ ਨਾਲ ਜਿਹੜਾ ਤੁਸੀਂ ਹਿੰਦੁਸਤਾਨ ਦੇ ਨੌਜਵਾਨਾਂ ਦੇ ਲਈ, ਪੰਜਾਬ ਦੇ ਨੌਜਵਾਨਾਂ ਦੇ ਲਈ ਜਿਹੜੇ ਤੁਹਾਡੇ ਮਨ ਦੇ ਵਿੱਚ ਦਰਦ ਹੈ, ਸਾਨੂੰ ਦੱਸੋ ਵੀ ਅੱਜ ਨਸ਼ਿਆਂ ਦੇ ਬਾਰੇ ਸਾਨੂੰ ਥੋੜੀ ਜੀ ਪੰਜਾਬ ਦੇ ਵਿੱਚ ਚਾਨਣਾ ਪਾਓ। ਨਸ਼ਿਆਂ ਬਾਰੇ ਸਾਡਾ ਨਹੀਂ ਕੋਈ, ਨਾ ਹੀ ਮੈਂ ਖਾਂਦਾ, ਨਾ ਸਾਡੇ ਪਰਿਵਾਰ ਹੀ ਖਾਂਦਾ, ਨਾ ਸਾਡੇ ਕੋਈ ਅਮਲੀ ਹੈਗਾ, ਤੇ ਕੋਈ ਗੱਲ ਨਹੀਂ ਹੈਗੀ। ਸਿਰਫ ਲੋਕਾਂ ਦਾ ਦਰਦ ਹੋਇਆ, ਵੇਖਿਆ ਵੀ ਲੋਕਾਂ ਨੂੰ ਸਮਾਇਕ ਹੀਰਨ ਟੀਕੇ ਇਹੋ ਜਿਹੇ ਗੰਦੇ ਨਸ਼ੇ ਲੱਗ ਗਏ, ਤੇ ਇੱਕ ਲੋਕੀ ਜਿਹੜੇ ਮੁੰਡੇ ਨੌਜਵਾਨ ਕੰਮ ਕਰਨ ਨੂੰ ਛੱਡ ਕੇ ਕੋਈ ਸਮੈਕ ਪੀਂਦਾ ਵਾ, ਹੀਰੋਨ ਖਾਂਦਾ, ਜਾਂ ਕੋਈ ਗੰਦਾ ਨਸ਼ਾ ਕਰਦਾ, ਉਹਦੇ ਬਿਲਕੁਲ ਕੰਮ ਨਹੀਂ ਕਰਦਾ। ਇਸ ਕਰਕੇ ਇੱਕ ਲੋਕਾਂ ਚ ਗਰੀਬੀ ਆ ਗਈ, ਇੱਕ ਲੋਕਾਂ ਦੇ ਮੋਟਰਸਾਈਕਲ ਚੋਰੀ ਹੋਣ ਲੱਗ ਪਏ, ਪੁਰਾਣਾ ਬਾਅਦ ਚੋਰੀ ਹੋਣ ਲੱਗ ਪਏ, ਵਾਲੀਆਂ ਲਾਉਣ ਲੱਗ ਪਏ, ਤੁਰੇ ਜਾਂਦੀਆਂ ਜਨਾਨੀਆਂ ਪੈਸੇ ਖੋਣ ਲੱਗ ਪਏ। ਇਹ ਤਾਂ ਵੀ ਸਾਡੇ ਦੋ ਤਿੰਨ ਵਾਰ ਸਾਡੇ ਖੁਦ ਤਰਾਂ ਕਰ ਲੈਤੇ ਕੋਟ ਤਰਫ ਜੰਦ ਪੈਲੀ ਸਾਡੀ ਜ਼ਮੀਨ ਦੇ ਵਿੱਚ, ਉਹਦਾ ਕਰਕੇ ਸੋਚਿਆ ਵੀ ਇਹਦੇ ਕੰਮ ਬਹੁਤ ਖਰਾਬ ਆ, ਵੀ ਲੋਕਾਂ ਨੂੰ ਸਮੈਕ ਹੀ ਰੋਲਿਆਂ ਤੇ ਬੇੜਾ ਗਰ ਕਰਤਾ, ਇੱਕ ਜਵਾਨੀ ਖਤਮ ਹੋ ਗਈ, ਇੱਕ ਤਲਾਕਾਂ ਦਾ ਕਾਰਨ ਇਹ ਬਣ ਗਿਆ ਵੀ ਜੋ ਵੀ ਨਸ਼ਾ ਖਾਂਦੇ ਸਮੈਕ ਜਾਂ ਹੀਰੋਨ, ਉਹ ਬੀਬੀਆਂ ਜਾ ਕੇ ਸਿੱਧੀਆਂ ਜਾ ਕੇ ਵੋਮੈਨ ਸੈਲ ਚ ਕਹਿ ਦਿੰਦੀਆਂ ਵੀ ਇਹ ਸਮੈਕ ਪੀਂਦਾ, ਇਹ ਹੀਰੋਨ ਖਾਂਦਾ, ਇਸ ਕਰਕੇ ਮੈਂ ਇਹਦੇ ਨਹੀਂ ਵਸਣਾ, ਤੇ ਜ਼ਿਆਦਾ ਤਲਾਕ ਦਾ ਕਾਰਨ ਵੀ ਨਸ਼ੇ ਬਣੇ। ਅਸੀਂ ਜਦੋਂ ਬਾਹਰ ਜਾਂਦੇ ਸੀ ਪਹਿਲਾਂ, ਮੈਂ ਮੁੜ ਤੋਂ ਮੈਨੂੰ ਛੋਟਿਆਂ ਨੇ ਲਵਾਤੀ ਵੀ ਹੇਮਕੁੰਟ ਸਾਹਿਬ ਜਾਣਾ, ਹਜ਼ੂਰ ਸਾਹਿਬ ਜਾਣਾ, ਜਿਸ ਤਰ੍ਹਾਂ ਆਨੰਦਪੁਰ ਸਾਹਿਬ ਜਾਣਾ, ਪਟਨਾ ਸਾਹਿਬ ਜਾਣਾ, ਵੀ ਯਾਤਰਾ ਕਰਨ ਦੀ ਆਦਤ ਸੀ ਵੀ ਜਾਣਾ। 10 ਸਾਲ ਮੈਂ ਲਗਾਤਾਰ ਹਜ਼ੂਰ ਸਾਹਿਬ ਜਾਂਦਾ ਰਿਹਾ, ਉੱਥੇ ਜਾ ਕੇ ਵੇਖਣਾ ਵੀ ਹਜ਼ੂਰ ਸਾਹਿਬ ਖਾਸ ਵੀ ਸਾਰੇ ਸ਼ਹਿਰ ਦੇ ਵਿੱਚ ਹੀ ਠੇਕੇ, ਜੇ ਪੂਰਾ ਚੱਲ ਜਾਓ ਕਿ ਰਾਜ ਭੋਪਾਲ ਚੱਲ ਜਾਓ ਜਾਂ ਮੱਧ ਪ੍ਰਦੇਸ਼ ਦੇ ਪੂਰਾ ਲਾਗੇ ਸ਼ਹਿਰ ਚੱਲ ਜਾਓ, ਕਿੱਥੇ ਚੱਲ ਜਾਓ ਉੱਥੇ ਹੀ ਭੂਤ ਦੇ ਠੇਕੇ ਦਿਹਾਤ ਵਾਲੇ ਕਰਨਗੇ, ਇੱਥੇ ਡੋਡੇ ਮਿਲਦੇ ਹਨ। ਤੇ ਉਹ ਵੇਖਿਆ ਵੀ ਇੱਥੇ ਸਾਡਾ ਦੇਸ਼ ਵਾ, ਉਹ ਭਾਰਤ ਵਾ, ਉੱਥੇ ਉਸੇ ਦੇ ਹੀ ਵਸਨੀਕ ਆ, ਉਸੇ ਦੇ ਲੋਕ ਵਸਨੀਕ ਆ, ਇੱਥੇ ਰਾਮ ਰਾਮ ਡੋਡੇ ਅਫੀਮ ਜੋ ਮਰਜ਼ੀ ਖਾਓ ਤਾਂ ਅਫੀਮ ਹੀ ਮਿਲ ਜਾਂਦੀ, ਬੜੀ ਪਿਓਰ 500 ਨੂੰ ਤੋਲਾ ਮਿਲ ਜਾਂਦੀ ਆ, ਜਿਹੜੀਆਂ ਸ਼ੂਗਰ ਅਟੈਕ ਇਹ ਬਿਮਾਰੀਆਂ ਇਲਾਜ ਕਰਦੀ ਆ, ਤੇ ਉਹ ਵੀ ਲੋਕੀ ਲੈ ਲੈਂਦੇ ਆ, ਕੋਈ ਕਿਸੇ ਲਾਇਸੈਂਸ ਬਣੇ ਆ, ਲਾਇਸੈਂਸਾਂ ਲੈ ਲੈਂਦੇ ਆ। ਉਹਦਾ ਸੋਚਿਆ ਵੀ ਸਾਡੇ ਪੰਜਾਬ ਦੇ ਵਿੱਚ ਹੀ ਬੇੜਾ ਕਰਕੇ ਵੀ ਇੱਥੇ ਜੇ ਕੋਈ ਭੁੱਖੀ ਮਿਲਦੀ ਤੇ ਉਹ ਵੀ ਮਿੱਟੀ ਖਲ ਪਾ ਪਾ ਗੰਦ ਪਾ ਕੇ ਵੇਚੀ ਜਾਂਦੇ ਆ। ਜਿਹੜੀ ਹੁਣ ਜਿਹੜੀ ਬਿਮਾਰੀ ਚੱਲ ਪਈਆਂ ਠੇਕੇ ਬੰਦ ਕਰਕੇ, ਪ੍ਰਤਾਪ ਸਿੰਘ ਕਹਿੰਦਾ ਠੇਕੇ ਬੰਦ ਕਰਕੇ ਜੋ ਮੁੱਖ ਮੰਤਰੀ ਬਣਿਆ, ਉਹਦੇ ਬਾਅਦ ਮੈਂ ਨਕਲੀ ਫੀ ਉੱਤੇ ਸਾਰਾ ਕੁਝ ਨਕਲੀ ਆ ਗਿਆ, ਤੇ ਉਹ ਜਿੱਥੋਂ ਮਿਲ ਕੇ ਸਮਾਇਆ ਵੀ ਤੇ ਹੀਰੋਇਨ ਵੀ ਤੇ ਗੰਦੇ ਨਸ਼ੇ ਆ ਗਏ, ਜਿਹਨਾਂ ਪੰਜਾਬ ਦੀ ਜਵਾਨੀ ਆਰਥਿਕ ਪੱਖੋਂ ਬਰਬਾਦ ਕਰਤੀ ਤੇ ਸਰੀਰਕ ਪੱਖੋਂ ਵੀ ਤੇ ਮਾਨਸਿਕ ਤੌਰ ਤੇ ਵੀ ਲੋਕਾਂ ਨੂੰ ਬਰਬਾਦ ਕਰਤਾ। ਨਸ਼ੇ ਬੰਦ ਹੋਣ ਪਰ ਇਹਦਾ ਨਹੀਂ ਹੁਣ ਇਹ ਬੰਦ ਨਹੀਂ ਹੋ ਸਕਦਾ, ਕਿਉਂਕਿ ਜਿਹੜੇ ਲੱਗ ਚੁੱਕੇ ਆ ਆਦੀ ਹੋ ਚੁੱਕੇ ਆ, ਉਹ ਤੇ ਨਹੀਂ ਛੱਡ ਸਕਦੇ ਉਹਨਾਂ ਤੋਂ ਠੇਕੇ ਖੋਲੂ ਸਰਕਾਰ ਆਪਣੀ ਪੁੱਛਦੇ ਤੇ ਫੇਰ ਬਚਾਅ ਹੋਦਾ। ਬਾਕੀ ਗੱਲ ਹੈ ਜੀ, ਜੇ 12 ਸੂਬਿਆਂ ਦੇ ਵਿੱਚ ਕੋਈ ਨੀ ਠੇਕੇ ਖੋਲਣਾ ਫਰਕ ਪੈਂਦਾ, ਉਦੋਂ ਖਾਂਦੇ ਲੋਕ, ਨਾ ਉਹ ਰਾਤਾਂ ਚ ਖਾਂਦਾ, ਨਾ ਮਹਾਰਾਸ਼ਟਰ ਖਾਂਦਾ, ਨਾ ਮੱਧ ਪ੍ਰਦੇਸ਼ ਖਾਂਦਾ। ਇਹ ਤਾਂ ਕਹੀਂ ਖੇਤਾਂ ਜਾ ਕੇ ਦੇਖਿਆ, ਉੱਥੇ ਕੋਈ ਲੋਕਾਂ ਨੂੰ ਪੁੱਛਿਆ ਵੀ ਤੁਸੀਂ ਕੋਈ ਇਹ ਲਿਖਾਂਦੇ ਜੇ ਤੂੰ ਹੱਸ ਪੈਂਦੇ ਗਾੜੀਆਂ ਦੇ, ਤੁਹਾਡੇ ਲੋਕ ਤੇ ਮਿੱਟੀ ਨਹੀਂ ਛੱਡਦੇ, ਪਰ ਅਸੀਂ ਨਹੀਂ ਇਹ ਕੰਮ ਕਰਦੇ, ਸਾਡੇ ਨੂੰ ਗਾੜੀ ਬਹੁਤ ਘੱਟ ਖਾਂਦੇ ਆ, ਇਹ ਘਰ ਮੈਂ ਸਵਾਦ ਵੇਖ ਲਈ ਮੁੜ ਕੇ ਨਹੀਂ ਖਾਂਦੇ। ਪੰਜਾਬ ਦੇ ਵਿੱਚ ਅੱਜ ਜਿਹੜਾ ਯੂਥ ਆ, ਅਗਰ ਉਹਨੂੰ ਖਸ ਖਸ ਜਿੱਦਾਂ ਤੁਸੀਂ ਕਹਿੰਦੇ ਖੇਤੀ ਉਹਦੀ ਸ਼ੁਰੂ ਹੋ ਜਾਵੇ ਤਾਂ ਕਿੰਨੀ ਕੁ ਜਿਹੜੀ ਇਹਨਾਂ ਚੀਜ਼ਾਂ ਦੇ ਠੱਲ ਪੈ ਸਕਦੀ ਹੈ? ਇਹ ਹੈ ਜੀ, ਖਾਸ ਖਾਸ ਦੀ ਖੇਤੀ ਹੋਣ ਦੇ ਨਾਲ ਇੱਕ ਤੇ ਪੰਜਾਬ ਦੇ ਕਿਸਾਨ ਨੂੰ ਆਮਦਨ ਹੋਊਗੀ, ਇੱਕ ਇਹਦੇ ਨਾਲ ਸਰਕਾਰ ਨੂੰ ਆਮਦਨ ਹੋਊਗੀ,
ਤੇ ਦੂਜੇ ਨੰਬਰ ਤੇ ਇਹਨਾਂ ਜੇ ਖਾਲਸਾ ਤੇ ਖੇਤੀ ਨਾਲ ਟੋਟਿਆ ਜੇ ਖੁੱਲਣਗੇ ਦੁਕਾਨਾਂ ਖੁੱਲਣਗੇ ਸ਼ਰਾਬ ਤੇ ਸ਼ਰਾਬ ਠੇਕੇ ਖੁੱਲੇ ਆ ਉਹਦੇ ਨਾਲ ਕਿੰਨਿਆਂ ਦਿਨ ਰੁਜ਼ਗਾਰ ਮਿਲਿਆ ਕਿੰਨੇ ਕਰਿੰਦੇ ਰੱਖੇ ਆ ਕਿੰਨਿਆਂ ਨੂੰ ਕਮਾਈ ਹੁੰਦੀ ਆ ਉਹਦੇ ਵਿੱਚ ਫਾਇਦਾ ਹੋਊਗਾ ਬਾਕੀ ਖਾਸ ਕਰਕੇ ਖੇਤੀ ਹੋਣ ਦੇ ਨਾਲ ਮਤਲਬ ਜਿਹਨਾਂ ਨੁਕਸਾਨ ਕੋਈ ਕੋਈ ਕੁਦਰਤੀ ਖੇਤੀ ਇਹ ਕਿਹੜਾ ਕੋਈ ਨਹੀਂ ਯਾਰ ਜਾਂ ਸਮੈਕ ਰਹੇ ਹੋ ਨਾ ਉਹਦੇ ਕਰਕੇ ਇਹਨਾਂ ਨੂੰ ਵੀ ਕੋਈ ਜੋ ਖੇਤੀ ਚ ਆਮ ਹੋਣ ਲੱਗ ਪਈ ਇੱਥੇ ਕਿਸੇ ਨੇ ਇਹਨਾਂ ਕਿਉਂ ਸੁੱਕਾ ਦੇਖ ਲਓ ਕਿੰਨਾ ਸੜਕਾਂ ਰੁਲਦਾ ਖਾਦਾ ਕੋਈ ਪੀਂਦਾ ਵਾ ਕਨੇਡਾ ਜਾਂ ਬਾਹਰ ਦੇਸ਼ਾਂ ਦੱਸ ਦੇ ਕਰੋੜ ਦਾ ਕਿਲੋ ਵਿਕਣ ਦਿਆ ਇਸ ਕਰਕੇ ਜੋ ਜਾਇਜ਼ ਚੀਜ਼ ਨਹੀਂ ਖਾਂਦਾ ਕੋਈ ਤੇ ਖਾਲਸਾ ਦੀ ਖੇਤੀ ਹੋਣ ਦੇ ਨਾਲ ਕੋਈ ਇਹਦੇ ਫਰਕ ਨਹੀਂ ਪੈਣਾ ਕੋਈ ਕਿਸੇ ਨੇ ਅਮਲੀ ਉਮਲੀ ਨਵਾਂ ਨੀ ਬੰਦਾ ਬਣਦਾ ਪੁਰਾਣੇ ਜਿਹੜੇ ਲੱਗੇ ਉਹਨਾਂ ਤੇ ਤੁਹਾਨੂੰ ਪਤਾ ਫਿਰ ਉਹਨਾਂ ਦਾ ਇਲਾਜ ਕਰਨਾ ਬਣਾ ਮੋੜੋ ਆਹ ਦੇਖੋ ਆਪਣੇ ਕਹਿੰਦੇ ਜੀ ਜਿਹੜੀ ਆ ਸੈਂਟਰ ਸਰਕਾਰ ਪੰਜਾਬ ਦੇ ਨਾਲ ਵਿਤਕਰਾ ਕਰਦੀ ਆ ਵਿਤਕਰਾ ਸੈਂਟਰ ਸਰਕਾਰ ਨੀ ਕਰਦੀ ਕੇਂਦਰ ਸਰਕਾਰ ਨੀ ਕਹਿੰਦੇ ਵਿਤਕਰਾ ਕਰਦੇ ਆਪਣੇ ਪੰਜਾਬੀ ਆਪਣੀ ਪੰਜਾਬ ਸਰਕਾਰ ਵਿਤਕਰਾ ਕਰਦੀ ਵੇਖੋ ਆਹ ਵੀ ਆਪਣੇ ਪੰਜਾਬੀ ਲੋਕ ਆ ਜਿਨ੍ਹਾਂ ਦੀ ਉਹਨਾਂ ਨੇ ਅਫੀਮ ਖਾਣ ਦੇ ਲਾਇਸੈਂਸ ਬਣਾ ਕੇ ਦਿੱਤੇ ਆ ਸਾਹਮਣੇ ਵੇਖੋ ਭਾਰਤ ਸਰਕਾਰ ਦੀ ਮੋਹਰ ਲੱਗੀ ਆ ਆਪਣੇ ਨੌਜਵਾਨ ਸਾਡੇ ਲਾਗੇ ਪਿੰਡਾਂ ਦੇ ਆ ਕੋਈ ਚੋਲਾ ਸਾਹਿਬ ਦੇ ਆ ਕੋਈ ਰੂਹੀ ਆ ਆਹ ਦੇਖੋ ਸਾਰੇ ਲਾਇਸੈਂਸ ਬਣਾ ਕੇ ਕੇਂਦਰ ਸਰਕਾਰ NDPS ਐਕਟ ਅਧੀਨ ਜਿਹਦੇ ਅਧੀਨ ਇਹ ਲੋਕਾਂ ਜੇਲ੍ਹਾਂ ਲਈ ਜਾਂਦੇ ਆ ਥਾਣਾ ਰੋਲਣ ਡੇ ਆ ਕਚਹਿਰੇ ਰੋਲਣ ਡੇ ਉਸ ਐਕਟ ਦੇ ਅਧੀਨ ਵੇਖੋ ਲੋਕਾਂ ਦੇ ਲਾਇਸੈਂਸ ਬਣਾਏ ਆ ਆਹ ਵੇਖੋ ਜੀ ਆਖੋ ਬਾਕੀ 12 ਸੂਬਿਆਂ ਦੇ ਵਿੱਚ ਖਾਸ ਕਰ ਦੀ ਖੇਤੀ ਆ ਤੇ ਉੱਥੇ ਭੁੱਕੀ ਦੇ ਠੇਕੇ ਵੀ ਆ ਇੱਕ ਭੁੱਕੀ ਨੇ ਸਮਝ ਚਾਹ ਦਾ ਚਾਹ ਪੱਤੀ ਨਸ਼ਾ ਵਾ ਜਿੱਦਾਂ ਆਪਣੇ ਲੋਕੀ ਚਾਹ ਪੱਤੀ ਪੀਂਦੇ ਆ ਇਹ ਤਾਂ ਸਮਝ ਚਾਹ ਪੱਤੀ ਨਸ਼ਾ ਵਾ ਆਮ ਸਾਰੇ ਆਪਣੇ ਪੰਜਾਬ ਦੇ ਜੇ ਲੋਕੀ ਚਾਹ ਪੱਤੀ ਵਰਤਦੇ ਆ ਕੋਈ ਚੋਰੀ ਵਰਤਦਾ ਕੋਈ ਸਾਰੀ ਵਰਤਦਾ ਕੋਈ ਕੇਸਣਾ ਵਰਤਦਾ ਤਾਂ ਤੁਹਾਡੇ ਸਾਹਮਣੇ ਵੇਲੋ 12 ਸੂਬਿਆਂ ਸਿੱਧੀਆਂ ਖੁੱਲਾਂ ਵਾ ਖੇਤੀ ਖਾਸ ਕਰ ਦੀ ਖੇਤੀ ਦੀਆਂ ਤੇ ਆ ਸਰਿਆਮ ਠੇਕੇ ਆ ਭੁੱਕੀ ਦੇ ਸਭ ਤੋਂ ਪਹਿਲਾਂ ਅਸੀਂ ਹਾਈਕੋਰਟ ਪਟੀਸ਼ਨ ਪਾਈ ਜੀ ਜਿਹਦੇ ਵਿੱਚ ਸਭ ਤੋਂ ਪਹਿਲਾਂ 28 ਮਾਰਚ ਨੂੰ ਹਾਈ ਕੋਰਟ ਨੇ ਆਪਣਾ ਜਾਣ ਦਿੱਤਾ ਬਈ 65-70% ਤੱਕ ਜਿਹੜੇ ਯੂਥ ਜਿਹੜੇ ਆ ਉਹ ਨਸ਼ਿਆਂ ਦੇ ਵਿੱਚ ਵੜ ਚੁੱਕੇ ਆ ਬਈ ਜਿਹੜੇ ਵੀ ਨਸ਼ਿਆਂ ਦੇ ਵਿੱਚ ਜਿਹਨਾਂ ਨੂੰ ਬਚਾਉਣਾ ਬਹੁਤ ਜ਼ਿਆਦਾ ਵੀ ਜ਼ਰੂਰੀ ਆ ਆਹ ਸਭ ਤੋਂ ਪਹਿਲਾਂ ਇਹ ਬਿਆਨ ਦਿੱਤਾ ਬਾਅਦ ਦੇ ਵਿੱਚ ਜੀ ਆਹ ਵੇਖੋ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਜਿਹਦੇ ਵਿੱਚ ਲਿਖਿਆ ਸੰਵਿਧਾਨ ਦੀ 10 ਧਾਰਾ ਭਾਰਤ ਦੀ ਸੰਵਿਧਾਨ 10 ਧਾਰਾ ਦੀ ਜਿਹੜੇ ਆ ਵੀ ਇੱਥੇ ਵੀ ਕਾਨੂੰਨ ਦੇ ਦਾਇਰੇ ਲਿਖੇ ਠੇਕੇ ਖੁੱਲ ਸਕਦੇ ਆ ਇੱਕ ਡੋਡਿਆਂ ਦੇ ਜਾਂ ਭੁੱਕੀ ਲਾ ਲਓ ਤੇ ਬਾਕੀ ਖਾਸਾ ਦੀ ਖੇਤੀ ਹੋ ਸਕਦੀ ਆ ਇੰਪੋਰਟ ਐਕਸਪੋਰਟ ਜੋ ਸੁਧਾਰ ਦਾ ਆਧਾਰ ਮਤਲਬ ਸਾਰਾ ਕੁਝ ਲਿਖਿਆ ਜੀ ਏ ਟੂ ਜ਼ੈਡ ਹੀ ਸਾਰਿਆਂ ਸੂਬੇ ਦਾ ਅਧਿਕਾਰ ਹੈ ਬਾਕੀ ਸਾਨੂੰ ਪ੍ਰਧਾਨ ਮੰਤਰੀ ਅਫਸਰ ਨੂੰ ਵੀ ਇੱਕ ਚਿੱਠੀ ਆਈ ਆ ਚੀਫ ਸੈਕਟਰੀ ਨਾਲ ਪੰਜਾਬ ਸਰਕਾਰ ਨੂੰ ਵੀ ਕਾਨੂੰਨ ਦੇ ਦਾਇਰੇ ਰਹਿ ਕੇ ਵੀ ਇੱਥੇ ਵੀ ਬਾਕੀ ਭਾਰਤ ਦੇ ਸੂਬਿਆਂ ਬਾਹਰਾਂ ਵਾਂਗ ਇੱਥੇ ਵੀ ਖਾਸਾ ਦੀ ਖੇਤੀ ਕੀਤੀ ਜਾਵੇ ਤੇ ਡੋਡੇ ਭੁੱਕੀ ਦੇ ਠੇਕੇ ਖੋਲੇ ਜਿਹਦੇ ਨਾਲ ਸਮੈਕ ਤੇ ਹੀਰੋ ਨੇ ਜੋ ਬੰਦੇ ਨੇ ਛੇੜੇ ਪੰਜਾਬ ਦੇ ਖਤਮ ਕੀਤੇ